ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਕਲਾਸ ਵਿੱਚ ਮੁੰਡਿਆਂ ਅਤੇ ਕੁੜੀਆਂ ਦੇ ਰੂਪ ਵਿੱਚ ਵਧਣਾ ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਕਹਿ ਸਕਦੇ ਹੋ ਗਰੋਇੰਗ ਅਪ ਐਜ਼ ਅ ਬॉयਜ਼ ਐਂਡ ਗਰਲਜ਼ ਨਾਮ ਦਾ ਜਿਹੜਾ ਚੈਪਟਰ ਹੈ ਜੀ ਡਿਸਕਸ ਕਰਨ ਜਾ ਰਹੀਆਂ ਇਹ ਚੈਪਟਰ ਤੁਹਾਡੇ 7ਥ ਕਲਾਸ ਦੀ ਪੋਲਿਟੀਕਲ ਸਾਇੰਸ ਦੀ ਕਿਤਾਬ ਹੈਗੀ ਆ ਐਨਸੀਈਆਰਟੀ ਦੀ ਉਸ ਕਲਾਸ ਵਿੱਚੋਂ ਲਿਆ ਗਿਆ ਲੈਸਨ ਹੈ ਐਂਡ ਇਸ ਵੀਡੀਓ ਦੀ ਜੇ ਮੈਂ ਗੱਲ ਕਰਾਂ ਤੇ ਇਹ ਵੀਡੀਓ ਤੁਹਾਡੇ ਪੀਐਸਟੈਟ ਸੀਟੈਟ ਇਗਜ਼ਾਮ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹ ਜਿਹੜਾ ਟੌਪਿਕ ਹੈਗਾ ਜੀ ਕਾਫੀ ਵਾਰ ਤਾਂ ਸੀਡੀਪੀ ਸੈਕਸ਼ਨ ਵਿੱਚ ਵੀ ਇਸ ਟੌਪਿਕ ਤੋਂ ਜਿਹੜੇ ਪ੍ਰਸ਼ਨ ਹੈ ਜੀ ਪੁੱਛ ਲੈ ਜਾਂਦੇ ਆ ਸੋ ਇਸ ਟੌਪਿਕ ਨੂੰ ਤੁਸੀਂ ਬੜੇ ਹੀ ਧਿਆਨ ਨਾਲ ਸੁਣਨਾ ਹੈ ਐਂਡ ਆਪਣਾ ਜਿਹੜਾ YouTube ਚੈਨਲ ਹੈ ਜਿਹਦਾ ਨਾਮ ਹੈ ਡੋਰਸਟੈਪ ਐਜੂਕੇਸ਼ਨ ਪੁਆਇੰਟ ਇਹਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ PSAT सीटेट ਤੇ ਜਿਹੜੀ ਸੰਬੰਧ ਦੇ ਵਿੱਚ ਕਹਿ ਸਕਦੇ ਹਾਂ ਰਿਲੇਟਡ ਜਿੰਨਾ ਵੀ ਕੰਟੈਂਟ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਸਾਰਾ ਕੁਝ ਫ੍ਰੀ ਵਿੱਚ ਹੀ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਐਂਡ ਆਪਾਂ ਲਾਸਟ 2-3 ਸਾਲਾਂ ਤੋਂ ਇਸ ਤਰ੍ਹਾਂ ਦਾ ਜਿਹੜਾ ਕੰਟੈਂਟ ਹੈਗਾ ਜੀ ਪ੍ਰੋਵਾਈਡ ਕਰਵਾ ਰਹੇ ਹਾਂ ਸੋ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੀ ਆਪਣੀ ਕਲਾਸ ਦੀ ਗੱਲ ਕਰ ਰਹੇ ਸੀ ਆਪਾਂ ਮੁੰਡਿਆਂ ਅਤੇ ਕੁੜੀਆਂ ਦੇ ਰੂਪ ਵਿੱਚ ਵਧਣਾ ਜਿਹਦੇ ਵਿੱਚ ਆਪਾਂ ਬॉयਜ਼ ਐਂਡ 걸ਜ਼ ਦੀ ਗੱਲ ਕਰਾਂਗੇ ਐਂਡ ਕੁਝ ਐਗਜ਼ਾਮਪਲਸ ਦੇ ਥਰੂ ਵੀ ਆਪਾਂ ਇਸ ਟੌਪਿਕ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸ਼ੁਰੂਆਤ ਕਰਦੇ ਹਾਂ ਜੈਂਡਰ ਰੂਲਸ ਤੋਂ ਕਿ ਆਪਾਂ ਨੂੰ ਮੁੰਡਿਆਂ ਨੂੰ ਤੇ ਕੁੜੀਆਂ ਨੂੰ ਸ਼ੁਰੂਆਤ ਤੋਂ ਹੀ ਤਿਆਰ ਕੀਤਾ ਜਾਂਦਾ ਆ ਕਿ ਮੁੰਡਿਆਂ ਦੇ ਕਿਹੜੇ ਕੰਮ ਨੇ ਕੁੜੀਆਂ ਦੇ ਕਿਹੜੇ ਕੰਮ ਨੇ ਜਿਵੇਂ ਕਿ ਕਈ ਵਾਰ ਤੁਸੀਂ ਵੇਖਿਆ ਹੋਣਾ ਕਿ ਜਦੋਂ ਮੁੰਡੇ ਥੋੜੇ ਜੇ ਵੱਡੇ ਹੋ ਜਾਂਦੇ ਆ ਤਾਂ ਉਹਨਾਂ ਨੂੰ ਖੇਡਣ ਲਈ ਜਿਹੜੇ ਖਡਾਉਣੇ ਦਿੱਤੇ ਜਾਂਦੇ ਨੇ ਉਹ ਕਿਸ ਤਰ੍ਹਾਂ ਦੇ ਦਿੱਤੇ ਜਾਂਦੇ ਨੇ ਜੇਕਰ ਆਪਾਂ ਮੁੰਡਿਆਂ ਦੀ ਗੱਲ ਕਰਦੇ ਆਂ ਤੇ ਬॉयਜ਼ ਨੂੰ ਜਿਹੜੇ ਖਡਾਉਣੇ ਦਿੱਤੇ ਜਾਂਦੇ ਨੇ ਜਿਵੇਂ ਕਿ ਗਨਸ ਹੋ ਗਈਆਂ ਜਾਂ ਫਿਰ ਕਹਿ ਸਕਦੇ ਆਂ ਕੋਈ ਕਾਰ ਹੋ ਗਈ ਕੋਈ ਗੱਡੀ ਹੋ ਗਈ ਕੁਝ ਇਸ ਤਰ੍ਹਾਂ ਦੇ ਜਿਹੜੇ ਖਡਾਉਣੇ ਹੁੰਦੇ ਨੇ ਜੀ ਉਹ ਮੁੰਡਿਆਂ ਨੂੰ ਦਿੱਤੇ ਜਾਂਦੇ ਨੇ ਬਟ ਜੇ ਦੂਜੇ ਪਾਸੇ ਕੁੜੀਆਂ ਦੀ ਗੱਲ ਕਰੀਏ ਤਾਂ ਕੁੜੀਆਂ ਨੂੰ ਡਾਲਸ ਦੇ ਦਿੱਤੀਆਂ ਜਾਂਦੀਆਂ ਨੇ ਕਿਚਨ ਦਾ ਜਿਹੜਾ ਸਮਾਨ ਹੁੰਦਾ ਆ ਕਈ ਵਾਰ ਤੁਸੀਂ ਵੇਖਿਆ ਹੋਣਾ ਮਿਨੀਏਚਰ ਫਾਰਮ ਦੇ ਵਿੱਚ ਜਿਵੇਂ ਕਿ ਬੱਚੇ ਘਰ ਘਰ ਇਸ ਤਰ੍ਹਾਂ ਦੀ ਗੇਮ ਜਿਹੜੀਆਂ ਹੈਗੀਆਂ ਨੇ ਜੀ ਖੇਡਦੀ ਹੁੰਦੀ ਆ ਜੇਕਰ ਮੈਂ ਲੜਕੀਆਂ ਦੀ ਗੱਲ ਕਰਾਂ ਸੋ ਉਹਨਾਂ ਦੇ ਜਿਹੜੇ ਪੇਰੈਂਟਸ ਹੁੰਦੇ ਨੇ ਜਿਹੜਾ ਸਮਾਜ ਹੁੰਦਾ ਆ ਉਹ ਸਟਾਰਟਿੰਗ ਤੋਂ ਹੀ ਬੱਚਿਆਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੰਦਾ ਕਿ ਤੇਰੇ ਇਹ ਕੰਮ ਨੇ ਤੇ ਬੁਆਏਸ ਦੇ ਕਿਹੜੇ ਕੰਮ ਹੈਗੇ ਆ ਸੋ ਇਹਨੂੰ ਆਪਾਂ ਜੈਂਡਰ ਰੋਲਸ ਕਹਿੰਦੇ ਆ ਕਿ ਸਮਾਜ ਦੁਆਰਾ ਜਦੋਂ ਨਿਰਧਾਰਿਤ ਕੰਮ ਕਿਹਾ ਜਾਂਦਾ ਕਿ ਅਕੋਰਡਿੰਗ ਟੂ ਸਮਾਜ ਕਿਸੇ ਬੱਚੇ ਨੂੰ ਬੁਆਏ ਨੂੰ ਜਾਂ ਫਿਰ ਗਰਲ ਨੂੰ ਕਿਹੜੇ ਕੰਮ ਕਰਨੇ ਚਾਹੀਦੇ ਨੇ ਸੋ ਇਸੇ ਤਰ੍ਹਾਂ ਹੀ ਇੱਕ ਇਨਾ ਨੇ ਉਦਾਹਰਣ ਦਿੱਤੀ ਹੈ 1920 ਦੇ ਵਿੱਚ ਦੀ ਗੱਲ ਕੀਤੀ ਜਾ ਰਹੀ ਆ ਸਮੂਆ ਨਾਮ ਦਾ ਇੱਕ ਟਾਪੂ ਵੇਖਣ ਨੂੰ ਮਿਲਦਾ ਆ ਸਮੂਆ ਨਾਮ ਦੇ ਟਾਪੂ ਤੇ ਜਿਹੜੇ ਬੱਚੇ ਰਹਿੰਦੇ ਹੈਗੇ ਆ ਕੁਝ ਰਿਪੋਰਟਾਂ ਅਨੁਸਾਰ ਇੱਥੇ ਗੱਲ ਕੀਤੀ ਜਾਂਦੀ ਹੈ ਕਿ ਇੱਥੇ ਜਿਹੜੇ ਬੱਚੇ ਰਹਿੰਦੇ ਨੇ ਇੱਥੇ ਦੇ ਬੱਚੇ ਸਕੂਲ ਨਹੀਂ ਜਾਂਦੇ ਜਿਵੇਂ ਜਿਹੜੇ ਮੁੰਡੇ ਹੋਣਗੇ ਉਹ ਫਿਸ਼ਿੰਗ ਕਰਨਾ ਸਟਾਰਟ ਕਰ ਦਿੰਦੇ ਆ ਮਛਲੀਆਂ ਫੜਦੇ ਆ ਮਛਲੀਆਂ ਫੜਨ ਦੇ ਨਾਲ ਨਾਲ ਕਹਿ ਸਕਦੇ ਆ ਕਿ ਆਪਦੇ ਪੇਰੈਂਟਸ ਦੀ ਹੈਲਪ ਕਰਾਉਂਦੇ ਆ ਉਹਨਾਂ ਦੇ ਕੰਮ ਵਿੱਚ ਇਸੇ ਤਰ੍ਹਾਂ ਹੀ ਜਿਹੜੀਆਂ ਲੜਕੀਆਂ ਹੋਣਗੀਆਂ ਉਹ ਘਰ ਦੇ ਕੰਮ ਵਿੱਚ ਆਪਦੀ ਆਪਦੀ ਫੈਮਿਲੀ ਦੀ ਹੈਲਪ ਕਰਦੀਆਂ ਆ ਸੋ ਇਸ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ ਮੁੰਡੇ ਤੇ ਕੁੜੀਆਂ ਜਿਹੜੀਆਂ ਹੈਗੀਆਂ ਨੇ ਜੀ ਇੱਥੇ ਦੀ ਗੱਲ ਕੀਤੀ ਜਾ ਰਹੀ ਆ ਸਮੂਆ ਟਾਪੂ ਦੀ ਸਮੂਆ ਆਈਲੈਂਡ ਜਿਹੜਾ ਹੈਗਾ ਆ ਇੱਥੇ ਮੁੰਡੇ ਕੁੜੀਆਂ ਸਕੂਲ ਤਾਂ ਨਹੀਂ ਜਾਂਦੇ ਐਂਡ ਇੱਥੇ ਇਹ ਘਰ ਦੇ ਕੰਮ ਕਰਨਾ ਸਿੱਖਣਾ ਸਟਾਰਟ ਕਰ ਦਿੰਦੇ ਆ ਛੋਟੀ ਉਮਰ ਤੋਂ ਹੀ ਸੋ ਇਹ ਇੱਕ ਐਗਜ਼ਾਮਪਲ ਦਿੱਤੀ ਆ ਸਮੂਆ ਤਪੂ ਦੀ ਇਸੇ ਤਰ੍ਹਾਂ ਹੀ ਇਨਾਨ ਇੱਕ ਮੱਧ ਪ੍ਰਦੇਸ਼ ਦੀ ਵੀ ਗੱਲ ਕੀਤੀ ਹੈ ਕਿ 1960 ਦੇ ਦਹਾਕੇ ਵਿੱਚ ਮੱਧ ਪ੍ਰਦੇਸ਼ ਵਿੱਚ ਜਿਹੜੇ ਪੁਰਸ਼ਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਦੋਂ ਇਹ ਛੋਟੇ ਹੁੰਦੇ ਸਗੇ ਤੇ ਛੇਵੀਂ ਜਮਾਤ ਤੋਂ ਹੀ ਮੁੰਡੇ ਕੁੜੀਆਂ ਦੇ ਜਿਹੜੇ ਸਕੂਲ ਹੈਗੇ ਸੀ ਵਕ ਵਕ ਵੇਖਣ ਨੂੰ ਮਿਲਦੇ ਹੈਗੇ ਆ ਮੁੰਡੇ ਕੁੜੀਆਂ ਆਪਸ ਵਿੱਚ ਗੱਲ ਵੀ ਨਹੀਂ ਕਰ ਸਕਦੇ ਕੁੜੀਆਂ ਨੂੰ ਤਾਂ ਖਾਸ ਕਰਕੇ ਕੋਈ ਜ਼ਿਆਦਾ ਹੀ ਬੰਦਿਸ਼ਾਂ ਵਿੱਚ ਕਹਿ ਸਕਦੇ ਹਾਂ ਕਿ ਰੱਖਿਆ ਗਿਆ ਆ ਕਿ ਕੁੜੀਆਂ ਨੂੰ ਖੇਡਣ ਲਈ ਇੱਕ ਛੋਟੀ ਜੀ ਜਗ੍ਹਾ ਦੇ ਦਿੱਤੀ ਜਾਂਦੀ ਹੈ ਜਿੱਥੇ ਉਹਨਾਂ ਨੂੰ ਕੋਈ ਵੀ ਨਹੀਂ ਛੇੜ ਸਕਦਾ ਜਾਂ ਫਿਰ ਕੋਈ ਵੀ ਉਹਨਾਂ ਨਾਲ ਗੱਲਬਾਤ ਨਹੀਂ ਕਰ ਸਕਦਾ ਇਹ ਮੈਂ ਸਕੂਲ ਦੀ ਗੱਲ ਕਰ ਰਿਹਾ ਐਂਡ ਇਸ ਤੋਂ ਬਾਅਦ ਇੱਥੇ ਗੱਲ ਕੀਤੀ ਗਈ ਹੈ ਕਿ ਕੁੜੀਆਂ ਜਦੋਂ ਜਾਂਦੀਆਂ ਨੇ ਗਰੁੱਪਸ ਬਣਾ ਕੇ ਜਾਂਦੀਆਂ ਨੇ ਕਿ ਇਹਨਾਂ ਇਹਨਾਂ ਨਾਲ ਕੋਈ ਕਹਿ ਸਕਦੇ ਆ ਕਿ ਇਹ ਮੋਤੀ ਸਿੰਘ ਕੋਈ ਨਾ ਕਰ ਸਕੇ ਐਂਡ ਇਹ ਕਿਸੇ ਵੀ ਮੁੰਡੇ ਲਾਗੇ ਨਹੀਂ ਖੜ ਸਕਦੀਆਂ ਕਿਸੇ ਨਾਲ ਵੀ ਗੱਲਬਾਤ ਨਹੀਂ ਕਰ ਸਕਦੀਆਂ ਐਂਡ ਇੱਥੇ ਸਾਨੂੰ ਇਹ ਵੀ ਗੱਲ ਵੇਖਣ ਨੂੰ ਮਿਲਦੀ ਆ ਕਿ ਮੁੰਡੇ ਜਿਹੜੇ ਹੋਣਗੇ ਉਹ ਤਾਂ ਆਪਦੀ ਮਨਮਰਜ਼ੀ ਕਰ ਸਕਦੇ ਨੇ ਜਿੱਥੇ ਮਰਜ਼ੀ ਖੜ੍ਹ ਸਕਦੇ ਨੇ ਐਂਡ ਜਿਹੜੇ ਸਮਾਜ ਜਿਹੜਾ ਸਮਾਜ ਹੈਗਾ ਆਪਣਾ ਉਹ ਲੜਕੇ ਅਤੇ ਲੜਕੀਆਂ ਵਿੱਚ ਕੀ ਕਰਦਾ ਆ ਇੱਥੇ ਸਮਾਜ ਜਿਹੜਾ ਹੈਗਾ ਆ ਉਹ ਆਪ ਹੀ ਲੜਕੇ ਅਤੇ ਲੜਕੀਆਂ ਦੇ ਵਿੱਚ ਅੰਤਰ ਬੁਖਾਰ ਰਿਹਾ ਕਿ ਇਹ ਦੋਵੇਂ ਅਲੱਗ-ਅਲੱਗ ਹੈਗੇ ਆ ਐਂਡ ਇਸ ਚੈਪਟਰ ਦੇ ਵਿੱਚ ਇੱਕ ਕਹਾਣੀ ਦੇ ਰੂਪ ਵਿੱਚ ਵੀ ਇਹ ਸਾਰੀ ਗੱਲ ਸਮਝਾਈ ਹੋਈ ਹੈ ਕਿ ਜਿਹੜੇ ਮੁੰਡੇ ਅਤੇ ਕੁੜੀਆਂ ਨੇ ਜਾਂ ਫਿਰ ਕਹਿ ਸਕਦੇ ਆ ਕਿ ਜਿਹੜੀਆਂ ਫੀਮੇਲਸ ਹੁੰਦੀਆਂ ਨੇ ਘਰ ਦੀਆਂ ਔਰਤਾਂ ਹੁੰਦੀਆਂ ਨੇ ਉਹ ਘਰ ਦੇ ਕੰਮ ਬਹੁਤ ਜ਼ਿਆਦਾ ਕਰਦੀਆਂ ਨੇ ਜਿਵੇਂ ਕੱਪੜੇ ਧੋਣ ਦਾ ਕੰਮ ਹੋ ਗਿਆ ਕੱਪੜੇ ਧੋਣ ਦੇ ਨਾਲ ਖਾਣਾ ਬਣਾਉਣ ਦਾ ਕੰਮ ਹੋ ਗਿਆ ਘਰ ਦੀ ਸਫਾਈ ਹੋ ਗਈ ਕਿੰਨੇ ਸਾਰੇ ਕੰਮ ਇਹਨਾਂ ਦੁਆਰਾ ਕੀਤੇ ਜਾਂਦੇ ਆ ਬਟ ਜਿਹੜੇ ਪੁਰਸ਼ ਹੁੰਦੇ ਨੇ ਜਿਹੜੇ ਮੇਲ ਮੈਂਬਰ ਹੁੰਦੇ ਨੇ ਉਹਨਾਂ ਦੁਆਰਾ ਇਸ ਤਰ੍ਹਾਂ ਦੇ ਕੰਮ ਨੂੰ ਐਕਨੋਲਡਜ ਨਹੀਂ ਕੀਤਾ ਜਾਂਦਾ ਸੋ ਉਹਨਾਂ ਨੂੰ ਕੀ ਲੱਗਦਾ ਆ ਉਹਨਾਂ ਨੂੰ ਲੱਗਦਾ ਆ ਕਿ ਯਾਰ ਇਹ ਕੰਮ ਥੋੜਾ ਕੋਈ ਇਹ ਤਾਂ ਬਸ ਉਹਨਾਂ ਨੂੰ ਕਰਨਾ ਹੀ ਪੈਣਾ ਆ ਕੁਦਰਤ ਨੇ ਇਹਨਾਂ ਨੂੰ ਇਸ ਤਰ੍ਹਾਂ ਬਣਾਇਆ ਹੋਇਆ ਕਿ ਇਹ ਇਹਨਾਂ ਕੰਮ ਲਈ ਹੀ ਬਣੀਆਂ ਹੋਈਆਂ ਸੋ ਇਹ ਕੀ ਹੈਗਾ ਜੀ ਇਹ ਮਤਲਬ ਸਮਾਜ ਨੇ ਕਨਸਟਰਕਟ ਕੀਤਾ ਆ ਇਸ ਚੀਜ਼ ਨੂੰ ਐਂਡ ਰੀਅਲ ਲਾਈਫ ਸਿਚੁਏਸ਼ਨ ਵਿੱਚ ਵਿੱਚ ਆਪਾਂ ਵੇਖਦੇ ਆ ਕਿ ਘਰ ਦੇ ਕੰਮ ਦੀ ਕਿੰਨੀ ਕਦਰ ਰਹਿ ਗਈ ਆ ਜੇ ਕੋਈ ਫੀਮੇਲ ਹੈਗੀ ਆ ਘਰ ਦੀ ਇਹ ਹੈਗੀ ਆ ਜੇ ਤੁਸੀਂ ਵੀ ਫੀਮੇਲ ਹੋ ਤੁਸੀਂ ਇਹਨਾਂ ਗੱਲਾਂ ਨੂੰ ਬੜੇ ਆਰਾਮ ਨਾਲ ਸਮਝ ਸਕਦੇ ਹੋ ਆਸਾਨ ਤਰੀਕੇ ਨਾਲ ਸਮਝ ਸਕਦੇ ਹੋ ਕਿ ਘਰ ਦੇ ਕੰਮ ਤੁਸੀਂ ਕਰਦੇ ਹੋ ਘਰ ਦੇ ਕੰਮ ਦੇ ਨਾਲ-ਨਾਲ ਤੁਸੀਂ ਪਰਿਵਾਰ ਦੀ ਦੇਖਭਾਲ ਵੀ ਕਰਦੇ ਹੋ ਦੇਖਭਾਲ ਕਰਨ ਦੇ ਨਾਲ ਨਾਲ ਤੁਸੀਂ ਹੋਰ ਕੀ ਕੁਝ ਕਰਦੇ ਹੋ ਕਿੰਨਾ ਕੁਝ ਕਰਨ ਤੋਂ ਬਾਅਦ ਵੀ ਤੁਹਾਨੂੰ ਕੋਈ ਕੋਈ ਤਨਖਾਹ ਮਿਲਦੀ ਹੈ ਨਹੀਂ इवन ਤੁਹਾਡੇ ਕੰਮ ਨੂੰ ਤੁਹਾਡੇ ਹਸਬੰਡ ਦੁਆਰਾ ਤੁਹਾਡੀ ਫੈਮਲੀ ਦੁਆਰਾ ਜਾਂ ਫਿਰ ਤੁਹਾਡੇ ਕਿਸੇ ਵੀ ਫੈਮਿਲੀ ਮੈਂਬਰ ਦੁਆਰਾ ਉਸ ਕੰਮ ਨੂੰ ਇਕਨੋਲੈਜ ਵੀ ਨਹੀਂ ਕੀਤਾ ਜਾਂਦਾ। ਉਹਨਾਂ ਵੱਲੋਂ ਹੁੰਦਾ ਕਿ ਚਲੋ ਠੀਕ ਆ ਤਾਂ ਨਾਰਮਲ ਜੀ ਗੱਲ ਹੈਗੀ ਆ ਕਿ ਵੀ ਇਹ ਕੰਮ ਤਾਂ ਕਰਨਾ ਹੀ ਪੈਣਾ ਆ। ਬਟ ਜਦੋਂ ਪੁਰਸ਼ ਬਾਹਰੋਂ ਕੰਮ ਕਰਕੇ ਆਉਣਗੇ ਫਿਰ ਉਹਨਾਂ ਦਾ ਕੰਮ ਤਾਂ ਵੀ ਕੰਮ ਹੈ ਗਿਆ। ਮਤਲਬ ਇਹ ਕਿਤੇ ਨਾ ਕਿਤੇ ਵੇਖਣ ਵੇਖੀਏ ਤਾਂ ਗਲਤ ਗੱਲ ਹੈਗੀ ਆ ਕਿਉਂਕਿ ਸਾਰਾ ਦਿਨ ਕੰਮ ਕਰਦੇ ਰਹਿਣਾ ਜਿਹੜੀਆਂ ਫੀਮੇਲਸ ਹੁੰਦੀਆਂ ਨੇ ਸਾਰਾ ਸਾਲੀ ਕੰਮ ਕਰਦੀਆਂ ਰਹਿੰਦੀਆਂ ਨੇ ਇਵਨ ਔਨ ਸੰਡੇਜ਼ ਵੀ ਉਹਨਾਂ ਨੂੰ ਆਫ ਨਹੀਂ ਹੁੰਦਾ ਜਦ ਕਿ ਜਿਹੜੇ ਮੇਲ ਹੋਣਗੇ ਉਹਨਾਂ ਨੂੰ ਕਿਤੇ ਨਾ ਕਿਤੇ ਜੌਬ ਤੋਂ ਇੱਕ ਦਿਨ ਦੀ ਛੁੱਟੀ ਤਾਂ ਮਿਲ ਹੀ ਜਾਂਦੀ ਹੈ ਬਟ ਫੀਮੇਲ ਨੂੰ ਤਾਂ ਨਹੀਂ ਮਿਲਦੀ ਬਟ ਫਿਰ ਵੀ ਉਹਨਾਂ ਨੂੰ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ ਐਂਡ ਉਹਨਾਂ ਦੇ ਕੰਮ ਨੂੰ ਵੀ ਕਹਿ ਲੋ ਕਿ ਆਪਾਂ ਨਹੀਂ ਐਕਨੋਲਡਜ ਕਰਦੇ ਆ ਸੋ ਇਸੇ ਤਰ੍ਹਾਂ ਹੀ ਆਪਾਂ ਡੋਮੈਸਟਿਕ ਵਰਕਰਸ ਦੀ ਜੇ ਗੱਲ ਕਰਦੇ ਆ ਕਿ ਜਿਹੜੀਆਂ ਔਰਤਾਂ ਜਾਂ ਫਿਰ ਜਿਹੜੇ ਪਰਸਨ ਘਰ ਵਿੱਚ ਕੰਮ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਿ ਘਰ ਦੇ ਕੰਮ ਵਿੱਚ ਬਹੁਤ ਸਾਰੇ ਵੱਖ-ਵੱਖ ਤਰ੍ਹਾਂ ਦੇ ਕੰਮ ਵਿਖਣ ਨੂੰ ਮਿਲਦੇ ਹੈਗੇ ਆ ਉਹਨਾਂ ਨੂੰ ਭਾਰੀ ਸਰੀਰਕ ਮਿਹਨਤ ਦੀ ਲੋਡ ਹੁੰਦੀ ਹੈਗੀ ਆ ਮਤਲਬ ਇਹ ਕਿ ਕੁਝ ਕੰਮ ਤਾਂ ਇਸ ਤਰ੍ਹਾਂ ਦੇ ਵੀ ਹੁੰਦੇ ਹੀ ਆ ਵੀ ਜਿਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਜਿਵੇਂ ਕਿ ਔਰਤਾਂ ਅਤੇ ਕੁੜੀਆਂ ਦੁਆਰਾ ਕੀ ਕੀਤਾ ਜਾਂਦਾ ਜੀ ਪਾਣੀ ਭਰਿਆ ਜਾਂਦਾ ਤੇ ਪਾਣੀ ਦੀਆਂ ਬਾਲਟੀਆਂ ਜਦੋਂ ਇਹ ਭਰਦੀਆਂ ਨੇ ਤੇ ਉਹ ਕੋਈ ਹਲਕੀਆਂ ਤਾਂ ਹੁੰਦੀਆਂ ਨਹੀਂ ਐਂਡ ਇਸ ਦੇ ਨਾਲ ਹੀ ਕਈ ਵਾਰ ਤੁਸੀਂ ਵੇਖਿਆ ਹੋਣਾ ਕਿ ਲੱਕੜਾਂ ਦਾ ਜਿਹੜਾ ਭਾਰ ਹੁੰਦਾ ਆ ਉਹ ਵੀ ਉਹਨਾਂ ਦੇ ਸਿਰ ਤੇ ਚੁੱਕਣ ਦਾ ਜਿਹੜਾ ਕੰਮ ਹੈਗਾ ਯਾ ਇੱਕ ਔਰਤਾ ਜਾਂ ਫਿਰ ਕੁੜੀਆਂ ਦੁਆਰਾ ਕੀਤਾ ਜਾਂਦਾ ਕੱਪੜੇ ਧੋਣ ਦਾ ਕੰਮ ਸਫਾਈ ਕਰਨ ਦਾ ਕੰਮ ਝਾੜੂ ਲਗਾਉਣ ਦਾ ਕੰਮ ਇਹਨਾਂ ਸਾਰੇ ਕੰਮਾਂ ਦੇ ਵਿੱਚ ਵੇਖੋ ਕਿੰਨੀ ਜ਼ਿਆਦਾ ਪਾਵਰ ਲੱਗਦੀ ਹੈਗੀ ਯਾ ਕਿੰਨੀ ਜ਼ਿਆਦਾ ਸ਼ਕਤੀ ਲੱਗਦੀ ਹੈਗੀ ਆ ਬਟ ਫਿਰ ਵੀ ਕੀ ਕਿਹਾ ਜਾਊਗਾ ਲਾਸਟ ਤੇ ਕਿ ਔਰਤਾ ਜਿਹੜੀਆਂ ਹੁੰਦੀਆਂ ਨੇ ਉਹ ਐਨੇ ਜ਼ਿਆਦਾ ਕੰਮ ਨਹੀਂ ਕਰਦੀਆਂ ਮਤਲਬ ਇਹ ਕਿ ਔਰ ਜੇਕਰ ਇਹ ਸੇਮ ਕੰਮ ਕਿਸੇ ਮੇਲ ਦੁਆਰਾ ਕੀਤੇ ਜਾਣਗੇ ਕਿਸੇ ਬੰਦੇ ਦੁਆਰਾ ਕੀਤੇ ਜਾਣਗੇ ਫਿਰ ਤਾਂ ਕਿਹਾ ਜਾਊਗਾ ਕਿ ਇਸ ਪਰਸਨ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਹੋ ਸਕਦਾ ਕੁਝ ਥਾਵਾਂ ਤੇ ਇਸ ਸੇਮ ਕੰਮ ਦੇ ਬਦਲੇ ਮੁੰਡਿਆਂ ਨੂੰ ਵੱਧ ਪੈਸੇ ਦਿੱਤੇ ਜਾਣ ਐਸ ਕੰਪੇਅਰਡ ਟੂ ਗਰਲਸ ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਔਰਤਾਂ ਹੁੰਦੀਆਂ ਨੇ ਇਹ ਮਰਦਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਕੰਮ ਕਰਦੀਆਂ ਨੇ ਐਂਡ ਲਾਸਟ ਦੇ ਵਿੱਚ ਇਹਨਾਂ ਕੋਲ ਇੰਨਾ ਜ਼ਿਆਦਾ ਸਮਾਂ ਵੀ ਨਹੀਂ ਮਿਲਦਾ ਔਰਤਾਂ ਦੇ ਕੰਮ ਅਤੇ ਸਮਾਨਤਾ ਸੰਵਿਧਾਨ ਨੇ ਬੇਸ਼ੱਕ ਆਪਣੇ ਜਿਹੜੇ ਰਾਈਟਸ ਨੇ ਜਿਵੇਂ ਤੁਹਾਨੂੰ ਯਾਦ ਹੋਊਗਾ ਕਿ ਆਰਟੀਕਲ ਜਿਹੜਾ 15 ਆ ਆਪਾਂ ਇਸ ਤੋਂ ਪਹਿਲਾਂ ਕੁਝ ਆਰਟੀਕਲਸ ਦੀ ਗੱਲ ਕੀਤੀ ਸੀਗੀ ਰਾਈਟ ਟੂ ਇਕੁਐਲਟੀ ਦੀ ਗੱਲ ਕੀਤੀ ਸੀਗੀ ਜਿਹਦੇ ਵਿੱਚ ਆਪਾਂ ਗੱਲ ਕਰਦੇ ਆ ਕਿ ਆਰਟੀਕਲ 15 ਦੇ ਅਕੋਰਡਿੰਗ ਜਿਹੜਾ ਸੰਵਿਧਾਨ ਆ ਸਾਰਿਆਂ ਨੂੰ ਇਹ ਰਾਈਟ ਦਿੰਦਾ ਆ ਕਿ ਕੋਈ ਵੀ ਪਰਸਨ ਕਿਸੇ ਵੀ ਪਰਸਨ ਨਾਲ ਜੈਂਡਰ ਦੇ ਆਧਾਰ ਤੇ ਭਾਵ ਲਿੰਗ ਦੇ ਆਧਾਰ ਤੇ ਭੇਦਭਾਵ ਨਹੀਂ ਕੀਤਾ ਜਾ ਸਕਦਾ ਜੋ ਕਿ ਤੁਹਾਨੂੰ ਅੱਜ ਕੱਲ ਵੇਖਣ ਨੂੰ ਮਿਲਦਾ ਵੀ ਹੈ ਬੇਸ਼ੱਕ ਆਪਾਂ ਕਹਿ ਦਿੰਨੇ ਆ ਕਿ ਸੰਵਿਧਾਨ ਨੇ ਅਧਿਕਾਰ ਦਿੱਤੇ ਬਟ ਕਿਤੇ ਨਾ ਕਿਤੇ ਜਿਹੜੀਆਂ ਫੀਮੇਲਸ ਹੁੰਦੀਆਂ ਨੇ ਉਹਨਾਂ ਨਾਲ ਜਿਹੜਾ ਭੇਦਭਾਵ ਹੈਗਾ ਜੀ ਕੀਤਾ ਜਾਂਦਾ ਜਿਵੇਂ ਅੱਜ ਕੱਲ ਆਪਾਂ ਰੀਅਲ ਲਾਈਫ ਦੀ ਆਪਾਂ ਗੱਲ ਕਰਦੇ ਆ ਕਿ ਜੇਕਰ ਆਪਾਂ ਬੱਸ ਵਿੱਚ ਬੈਠੇ ਹੋਏ ਆ ਬੱਸ ਵਿੱਚ ਬੈਠੇ ਹੋਣ ਤੇ ਕੋਈ ਮੇਲ ਮੈਂਬਰ ਹੁੰਦਾ ਆ ਉਹ ਫੀਮੇਲ ਨੂੰ ਕਹਿੰਦਾ ਕਿ ਆਹ ਲੋ ਜੀ ਤੁਸੀਂ ਸੀਟ ਲੈ ਲਓ ਤੁਸੀਂ ਬੈਠ ਜਾਓ ਮਤਲਬ ਜਦੋਂ ਆਪਾਂ ਉਹਨਾਂ ਨੂੰ ਸੀਟ ਆਫਰ ਕਰਦੇ ਆ ਨਾ ਤੇ ਆਪਾਂ ਉਹਨਾਂ ਨੂੰ ਅਹਿਸਾਸ ਦਿਵਾਉਂਦੇ ਆ ਕਿ ਤੁਸੀਂ ਕਮਜ਼ੋਰ ਹੈਗੇ ਹੋ ਮਤਲਬ ਤੁਸੀਂ ਆਪ ਸਮਝ ਸਕਦੇ ਹੋ ਕਿ ਮੈਂ ਕਿਹੜੀ ਗੱਲ ਤੇ ਸਟ्रेस ਦੇ ਰਿਹਾ ਕਿ ਜਦੋਂ ਵੀ ਕੋਈ ਪਰਸਨ ਜਦੋਂ ਐਕਸਟਰਾ ਉਹਨਾਂ ਨੂੰ ਮਤਲਬ ਕੀਤਾ ਜਾਂਦਾ ਆ ਕਿ ਠੀਕ ਹੈ ਜੀ ਇਹ ਇਹਦੇ ਨਾਲ ਆਪਾਂ ਇਹ ਵੀ ਉਹਨਾਂ ਨੂੰ ਬੁਖਾਰ ਰਹੇ ਹਾਂ ਕਿ ਤੁਸੀਂ ਵੀਕ ਹੈਗੇ ਹੋ ਮਤਲਬ ਇਹ ਜਸਟ ਛੋਟੀ ਜੀ ਐਗਜ਼ੈਂਪਲ ਹੈਗੀ ਆ ਇਸੇ ਤਰ੍ਹਾਂ ਹੀ ਤੁਸੀਂ ਬਹੁਤ ਸਾਰੀਆਂ ਐਗਜ਼ੈਂਪਲ ਦੇਖ ਸਕਦੇ ਹੋ ਐਂਡ ਸਰਕਾਰ ਨੂੰ ਵੀ ਇਹਨਾਂ ਗੱਲਾਂ ਦਾ ਪਤਾ ਆ ਸੋ ਜਿਹਦੇ ਕਰਕੇ ਸਰਕਾਰ ਕੀ ਕਰਦੀ ਆ ਸਰਕਾਰ ਇਹਨਾਂ ਨੂੰ ਕੋਈ ਜ਼ਿਆਦਾ ਬੈਨੀਫਿਟ ਦੇਣ ਦੀ ਕੋਸ਼ਿਸ਼ ਕਰਦੀ ਆ ਕਿ ਜਿਹੜੀਆਂ ਫੀਮੇਲਸ ਨੇ ਹੋਰ ਅੱਗੇ ਵੱਧ ਚੜ ਕੇ ਆਉਣ ਜਿਵੇਂ ਸਰਕਾਰ ਨੇ ਹੋਰ ਕੀ ਕੀਤਾ ਆ ਅੱਜ ਦੇ ਆਪਾਂ ਪੰਜਾਬ ਦੀ ਹੀ ਗੱਲ ਕਰ ਲਈਏ ਤੇ ਜਿਵੇਂ ਗਰਲਸ ਲਈ ਜਿਹੜੀਆਂ ਟਿਕਟਾਂ ਨੇ ਉਹ ਲਗਭਗ ਕਹਿ ਸਕਦੇ ਹਾਂ ਸਰਕਾਰੀ ਬੱਸਾਂ ਦੇ ਵਿੱਚ ਉਹ ਫ੍ਰੀ ਹੈਗੀਆਂ ਨੇ ਇਸ ਤਰ੍ਹਾਂ ਹੀ ਜਿਹੜੀਆਂ ਸਰਕਾਰਾਂ ਨੇ ਇਹ ਲੜਕੀਆਂ ਆ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕਹਿ ਸਕਦੇ ਹਾਂ ਕਿ ਕਾਫੀ ਸਾਰੇ ਇਨਾਵ ਦੁਆਰਾ ਪ੍ਰੋਗਰਾਮ ਚਲਾਏ ਜਾਂਦੇ ਆ ਤੇ ਸਰਕਾਰ ਨੇ ਦੇਸ਼ ਦੇ ਕਈ ਪਿੰਡਾਂ ਵਿੱਚ ਜਿਹੜੇ ਆਗਨਵਾੜੀਆਂ ਹੁੰਦੀਆਂ ਨੇ ਜਾਂ ਫਿਰ ਬਾਲ ਸੰਭਾਲ ਕੇਂਦਰ ਹੁੰਦੇ ਨੇ ਉਹ ਸਥਾਪਿਤ ਕੀਤੇ ਨੇ ਐਂਡ ਸਰਕਾਰ ਨੇ ਕਾਨੂੰਨ ਵੀ ਪਾਸ ਕੀਤਾ ਸੀਗਾ ਜਿਸ ਦੇ ਅਕੋਰਡਿੰਗ ਜੇਕਰ ਕਿਤੇ ਵੀ ਜੇਕਰ ਕਿਸੇ ਵੀ ਕੰਪਨੀ ਦੇ ਵਿੱਚ 30 ਤੋਂ ਵੱਧ ਮਹਿਲਾ ਕਰਮਚਾਰੀ ਹੋਣਗੀਆਂ ਮਤਲਬ ਕਿ ਜੇਕਰ ਕਿਸੇ ਫਰਮ ਦੇ ਵਿੱਚ ਕੰਪਨੀ ਦੇ ਵਿੱਚ 30 ਤੋਂ ਵੱਧ ਫੀਮੇਲਸ ਕੰਮ ਕਰ ਰਹੀਆਂ ਨੇ ਤੇ ਉੱਥੇ ਦੀਆਂ ਸੰਸਥਾਵਾਂ ਲਈ ਕ੍ਰੈਚ ਦੀ ਸਹੂਲਤਾਂ ਪ੍ਰਦਾਨ ਕੀਤੀ ਜਾਊਗੀ ਹੁਣ ਕ੍ਰੈਚ ਦੀ ਸਹੂਲਤ ਕੀ ਹੁੰਦੀ ਆ ਇਹਦੇ ਬਾਰੇ ਵੀ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਨਾ ਕਿ ਜਿਹੜੀ ਕ੍ਰੈਚ ਦੀ ਸਹੂਲਤਾਂ ਦੀ ਜੀ ਆਪਾਂ ਗੱਲ ਕਰਦੇ ਆਂ ਕ੍ਰੈਚ ਦੀ ਸਹੂਲਤਾਂ ਦੇ ਅਕੋਰਡਿੰਗ ਜੇਕਰ ਕਿਸੇ ਫੀਮੇਲ ਦਾ ਕੋਈ ਬੇਬੀ ਹੈਗਾ ਜਾਂ ਬੱਚਾ ਹੈਗਾ ਜਾਂ ਤੇ ਉਸ ਦੀ ਦੇਖਭਾਲ ਕਰਨ ਦਾ ਕੰਮ ਇਹਨਾਂ ਕ੍ਰੈਚ ਫੈਸਿਲਿਟੀਆਂ ਦੇ ਵਿੱਚ ਕੀਤਾ ਜਾਊਗਾ ਜਿਹਦੇ ਨਾਲ ਕੀ ਹੋਊਗਾ ਜਿਹਦੇ ਨਾਲ ਇਹ ਜਿਹੜੀਆਂ ਫੀਮੇਲਸ ਹੋਣਗੀਆਂ ਆਪ ਦਾ ਕੰਮ ਵਧੀਆ ਤਰੀਕੇ ਨਾਲ ਕਰ ਸਕਦੀਆਂ ਨੇ ਐਂਡ ਇਹਨਾਂ ਦੇ ਜਿਹੜੇ ਜਵਾਬ ਹੋਣਗੇ ਬੱਚੇ ਹੋਣਗੇ ਉਹਨਾਂ ਉਹਨਾਂ ਤੇ ਵੀ ਧਿਆਨ ਦਿੱਤਾ ਜਾ ਸਕਦਾ ਆ ਐਂਡ ਕਈ ਵਾਰ ਹੁੰਦਾ ਕੀ ਸੀ ਕਿ ਜਿਹੜੀਆਂ ਇਹ ਫੀਮੇਲਸ ਹੁੰਦੀਆਂ ਸੀ ਜਿਹੜੀਆਂ ਕੰਮ ਕਰਨ ਜਾਂਦੀਆਂ ਸੀ ਇਹ ਫੀਮੇਲਸ ਆਪਦੇ ਬੱਚੇ ਨੂੰ ਘਰ ਛੱਡ ਦਿੰਦੀਆਂ ਸੀ ਘਰੇ ਛੱਡਣ ਕਰਕੇ ਇਹਨਾਂ ਦੀ ਜੇਕਰ ਕੋਈ ਹੋਰ ਲੜਕੀ ਹੋਈ ਤੇ ਉਹਨਾਂ ਲੜਕੀਆਂ ਨੇ ਇਹਨਾਂ ਬੱਚਿਆਂ ਦੀ ਸਾਂਭ ਸੰਭਾਲ ਕਰਨੀ ਜੇਕਰ ਸਾਂਭ ਸੰਭਾਲ ਸਾਰਾ ਦਿਨ ਕਰਨਗੀਆਂ ਤੇ ਇਹਦਾ ਮਤਲਬ ਇਹ ਆ ਕਿ ਉਹ ਸਕੂਲੇ ਵੀ ਨਾ ਜਾਣਗੀਆਂ ਸਕੂਲੇ ਨਾ ਜਾਣ ਕਰਕੇ ਕਿਤੇ ਨਾ ਕਿਤੇ ਉਹਨਾਂ ਬੱਚਿਆਂ ਦਾ ਵੀ ਨੁਕਸਾਨ ਹੋਣਾ ਆ ਸੋ ਜਦੋਂ ਇਹ ਕ੍ਰੈਚ ਫੈਸਿਲਿਟੀਆਂ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਤੇ ਉਹਨਾਂ ਦੀ ਜਿਹੜੀ ਹਾਜ਼ਰੀ ਹੈਗੀ ਆ اٹੈਂਡੈਂਸ ਹੈਗੀ ਆ ਤੇ ਉਹ ਬੱਚੇ ਰੈਗੂਲਰ ਹੋ ਜਾਣਗੇ ਸਕੂਲਾਂ ਦੇ ਵਿੱਚ ਸੋ ਇਸ ਤਰ੍ਹਾਂ ਇਨਡਾਇਰੈਕਟ ਜਿਹੜੇ ਫਾਇਦੇ ਨੇ ਇਹ ਵੀ ਵੇਖਣ ਨੂੰ ਮਿਲਣਗੇ ਸੋ ਅੱਜ ਦੀ ਆਪਣੀ ਛੋਟੀ ਜੀ ਕਲਾਸ ਹੈਗੀ ਬਟ ਐਗਜ਼ਾਮ ਪੁਆਇੰਟ ਆਫ 뷰 ਤੋਂ ਕਾਫੀ ਸਾਰੀਆਂ ਚੀਜ਼ਾਂ ਰੈਲੇਵੈਂਟ ਨੇ ਕਾਫੀ ਸਾਰੀ ਚੀਜ਼ਾਂ ਤੁਸੀਂ ਬੀਏ ਦੇ ਵਿੱਚ ਵੀ ਪੜੀਆਂ ਹੋਣਗੀਆਂ ਕਿ ਫੀਮੇਲਸ ਨਾਲ ਕਿਵੇਂ ਵਿਤਕਰਾ ਕੀਤਾ ਜਾਂਦਾ ਆ ਇਸ ਸੋਸਾਇਟੀ ਦੇ ਵਿੱਚ ਐਂਡ ਜੈਂਡਰ ਰੋਲਸ ਕਿਵੇਂ ਸਟਾਰਟਿੰਗ ਤੋਂ ਹੀ ਨਿਰਧਾਰਿਤ ਕਰ ਦਿੱਤੇ ਜਾਂਦੇ ਨੇ ਫੀਮੇਲ ਜਿਹੜੀਆਂ ਜਿਹੜੇ ਕੰਮ ਇਹਨਾਂ ਦੁਆਰਾ ਕੀਤੇ ਜਾਂਦੇ ਆ ਇਹਨਾਂ ਵੱਲ ਇਹਨਾਂ ਧਿਆਨ ਨਹੀਂ ਦਿੱਤਾ ਜਾਂਦਾ ਨਾ ਹੀ ਕੋਈ ਵੈਲਿਊ ਕਹਿ ਸਕਦੇ ਆ ਵੈਲਿਊ ਨਹੀਂ ਕੀਤਾ ਜਾਂਦਾ ਇਹਨਾਂ ਦੇ ਕੰਮਾਂ ਨੂੰ ਆਲਦੋ ਇਹਨਾਂ ਕੰਮਾਂ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਕੱਪੜੇ ਧੋਣ ਦਾ ਕੰਮ ਕਰਦਾ ਸਾਰਾ ਕੰਮ ਇਹਨਾਂ ਫੀਮੇਲਸ ਦੁਆਰਾ ਹੀ ਕੀਤਾ ਜਾਂਦਾ ਹੈ ਬਟ ਮੈਂ ਤਾਂ ਪੀਜੀ ਵਿੱਚ ਰਹਿਣਾ ਜੀ ਮੈਂ ਆਪਦੇ ਕੱਪੜੇ ਸਾਰੇ ਆਪ ਹੀ ਧੋਣਾ ਆ ਐਂਡ ਇਸ ਤੋਂ ਪਹਿਲਾਂ ਮੈਂ 7 ਸਾਲ ਹੋਸਟਲ ਵਿੱਚ ਰਿਆ ਆ ਹੋਸਟਲ ਵਿੱਚ ਵੀ ਮੈਂ ਆਪਦੇ ਕੱਪੜੇ ਆਪ ਧੁੰਦਾ ਰਿਆਂ ਈਵਨ ਆਪਦੇ ਰੂਮ ਦੀ ਸਫਾਈ ਵਗੈਰਾ ਵੀ ਮੈਂ ਆਪ ਹੀ ਕਰਦਾ ਆਂ ਇਹ ਜਸਟ ਵੈਸੇ ਹੀ ਮੈਂ ਤੁਹਾਨੂੰ ਦੱਸਤਾ ਬਾਕੀ ਇਹ ਜਿਹੜਾ ਟੌਪਿਕ ਹੈਗਾ ਇਹ ਤੁਹਾਡੇ ਐਗਜ਼ਾਮ ਪੁਆਇੰਟ ਆਫ View ਤੋਂ ਵੇਖੀਏ ਤਾਂ ਕੁਝ ਹੱਦ ਤੱਕ ਰੈਲੇਵੈਂਟ ਹੈਗਾ ਵੀ ਆ ਤੁਸੀਂ ਇਸ ਟੌਪਿਕ ਨੂੰ ਧਿਆਨ ਨਾਲ ਸੁਣਿਆ ਹੋਊਗਾ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਤੇ ਲਾਈਕ ਬਟਨ ਜਰੂਰ ਪ੍ਰੈਸ ਕਰ ਦਿਓ ਐਂਡ ਆਉਣ ਵਾਲੇ ਟਾਈਮ ਦੇ ਵਿੱਚ ਮੇਰੇ ਵੱਲੋਂ ਕੋਸ਼ਿਸ਼ ਕੀਤੀ ਜਾਊਗੀ ਕਿ ਮੈਂ ਤੁਹਾਨੂੰ ਸਾਰਾ ਸਿਲੇਬਸ ਕੰਪਲੀਟ ਕਰਾ ਦਵਾਂ ਬਸ ਤੁਸੀਂ ਥੋੜਾ ਜਿਹਾ ਪਿਆਰ ਬਣਾਈ ਰੱਖੋ ਕਿਉਂਕਿ ਜਿੰਨਾ ਤੁਸੀਂ ਪਿਆਰ ਮੈਨੂੰ ਵਿਖਾਓਗੇ ਇਹਨਾਂ ਵੀਡੀਓਜ਼ ਤੇ ਜਿੰਨਾ ਜ਼ਿਆਦਾ ਤੁਸੀਂ ਆਪਦਾ ਜਿਹੜਾ ਪਿਆਰ ਹੈਗਾ ਸ਼ਾਵਰ ਕਰੋਗੇ ਉਹਨਾਂ ਮੇਰੇ ਵੱਲੋਂ ਮੇਰੇ 'ਚ ਉਹਨਾਂ ਹੀ ਜ਼ਿਆਦਾ ਮੋਟੀਵੇਸ਼ਨ ਆਊਗੀ ਐਂਡ ਮੈਂ ਹੋਰ ਵੀ ਜੋਸ਼ ਨਾਲ ਜਿਹੜੀਆਂ ਵੀਡੀਓਜ਼ ਨੇ ਹੋ ਸਕਦਾ ਇਹਨਾਂ ਦੀ ਗਿਣਤੀ ਵੀ ਮੈਂ ਬਤਾ ਦਾਂ ਜੇ ਤੁਸੀਂ ਆਪਦਾ ਇੰਟਰਸਟ ਵੱਧ ਸ਼ੋਅ ਕਰਦੇ ਹੋ ਸੋ ਇਸ ਨੋਟ ਨਾਲ ਹੀ ਵੀਡੀਓ ਨੂੰ ਕਰਦੇ ਆਂ ਖਤਮ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਐਂਡ ਇਸ ਵੀਡੀਓ ਨੂੰ ਆਪਦੇ ਦੋਸਤਾਂ ਨਾਲ ਵੀ ਸ਼ੇਅਰ ਕਰ ਦਿਓ ਥੈਂਕ ਯੂ so much for watching god bless you all